ਤੇ ਦੇਖੋ ਜੀ ਇੱਕ ਕੁਕੀ ਮੈਂ ਤੁਹਾਨੂੰ ਤੋੜ ਕੇ ਵੀ ਦਿਖਾਉਣੀ ਹੈ ਵੀ ਕਿੰਨੀ ਵਧੀਆ ਇਹਦੇ ਵਿੱਚ ਚਾਕਲੇਟ ਦੀ ਫਿਲਿੰਗ ਭਰੀ ਗਈ ਹੈ। ਅੱਜ ਜੀ ਆਪਾਂ ਘਰ ਦੇ ਵਿੱਚ ਬਣਾਵਾਂਗੇ ਇਹ ਬਾਜ਼ਾਰੋਂ ਮਹਿੰਗੇ ਭਾਅ ਦੇ ਮਿਲਣ ਵਾਲੇ ਚਾਕਲੇਟ ਕੁਕੀਜ਼ ਤੇ ਉਹ ਵੀ ਕੜਾਹੀ ਦੇ ਵਿੱਚ ਬਿਨਾਂ ਓਵਨ ਤੋਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਚਾਕਲੇਟ ਕੁਕੀਜ਼ ਬਣਾਵਾਂਗੇ ਜੀ। ਜਿਹੜੀ ਫਿਲਿੰਗ ਵਾਲੀ ਚਾਕਲੇਟ ਕੁਕੀਜ਼ ਹੁੰਦੀ ਹੈ ਨਾ ਬਾਜ਼ਾਰ 'ਚੋਂ ਆਪਾਂ ਲੈ ਕੇ ਆਉਂਦੇ ਹਾਂ, ਆਪਾਂ ਨੂੰ ਜਾਂ 10 ਜਾਂ 15 ਰੁਪਏ ਦੀ, 20 ਰੁਪਏ ਦੀ, ਮੈਨੂੰ ਲੱਗਦਾ ਇੰਨੀ ਕੁ ਕੀਮਤੀ ਹੁੰਦੀ ਹੈ, ਇੱਕ ਮਿਲਦੀ ਆ। ਪਰ ਆਪਾਂ ਘਰ ਦੇ ਵਿੱਚ ਤਿਆਰ ਕਰਾਂਗੇ ਅਤੇ ਬਹੁਤ ਆਸਾਨ ਤਰੀਕੇ ਨਾਲ ਆਪਾਂ ਇਹਨਾਂ ਨੂੰ ਤਿਆਰ ਕਰ ਲਾਂਗੇ ਜੀ, ਅਤੇ ਉਹ ਵੀ ਬਿਨਾਂ ਓਵਨ ਤੋਂ ਆਪਾਂ ਕੜਾਹੀ ਦੇ ਵਿੱਚ ਬਣਾਵਾਂਗੇ। ਅਤੇ ਰੈਸਪੀ ਨੂੰ ਸਿੱਖਣ ਦੇ ਲਈ ਤੁਸੀਂ ਇਸ ਵੀਡੀਓ ਦੇ ਨਾਲ ਜੁੜੇ ਰਹੋ, ਵੀਡੀਓ ਨੂੰ ਪੂਰਾ ਦੇਖਿਓ। ਜੇਕਰ ਵੀਡੀਓ ਪਸੰਦ ਆਈ ਜੀ, ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੀ, ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ। ਚਲੋ ਜੀ ਫਿਰ ਚਾਕਲੇਟ ਫਿਲਿੰਗ ਵਾਲੀ ਕੁਕੀਜ਼ ਆਪਾਂ ਬਣਾਉਣੀ ਸਿੱਖ ਲੈਂਦੇ ਹਾਂ ਜੀ। ਆਪਣੇ ਕੋਲ ਹੈਗੀ ਹੈ ਚਾਕਲੇਟ, ਚਾਕਲੇਟ ਤੁਸੀਂ ਕੋਈ ਵੀ ਵਰਤ ਸਕਦੇ, ਜਿਹੜੀ ਹੋਈ ਕੋਸ਼ਿਸ਼ ਕਰੋ ਵੀ ਡਾਰਕ ਚਾਕਲੇਟ ਹੋਵੇ, ਕਿਉਂਕਿ ਜਿਹੜੇ ਮਾਰਕੀਟ 'ਚ ਆਪਾਂ ਕੁਕੀਜ਼ ਲੈ ਕੇ ਆਉਂਦੇ ਹਾਂ ਚਾਕਲੇਟ ਵਾਲੇ, ਉਹਦੇ ਵਿੱਚ ਡਾਰਕ ਚਾਕਲੇਟ ਹੁੰਦੀ ਆ। ਅਤੇ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਦੁੱਧ, ਇਹ ਦੁੱਧ ਹੈ ਜਿਹੜਾ ਇੰਨਾ ਕੱਪ ਇਹਦੇ ਵਿੱਚ ਐਡ ਕਰਾਂਗੇ। ਅਤੇ ਇਹ ਮੈਂ ਗਰਮ ਕਰ ਲਿਆ ਸੀ, ਗਰਮ ਹੋਣਾ ਚਾਹੀਦਾ। ਹੁਣ ਆਪਾਂ ਇਹਨੂੰ ਕਰਨਾ ਜੀ ਮੈਲਟ, ਵੈਸੇ ਤਾਂ ਗਰਮੀ ਦਾ ਮੌਸਮ ਹੈ, ਇਹ ਬਹੁਤ ਜਲਦੀ ਮੈਲਟ ਹੋ ਜੂਗੀ। ਇਸ ਤਰੀਕੇ ਨਾਲ ਦੇਖੋ ਮੈਲਟ ਹੋਣੀ ਸਟਾਰਟ ਹੋ ਗਈ। ਅਤੇ ਇਸ ਤਰ੍ਹਾਂ ਜੀ ਆਪਾਂ ਚਮਚ ਨੂੰ ਘੁਮਾਉਂਦੇ ਹੋਏ ਇਹਨਾਂ ਨੂੰ ਮੈਲਟ ਕਰ ਲਾਂਗੇ। ਇਹਦੇ ਵਿੱਚ ਨਾ ਜੀ ਚੋਕਲੇਟ ਦੇ ਟੁਕੜੇ ਨਹੀਂ ਰਹਿਣੇ ਚਾਹੀਦੇ, ਸਾਰੀ ਚੋਕਲੇਟ ਨੂੰ ਦੇਖੋ ਚੰਗੇ ਤਰੀਕੇ ਨਾਲ ਆਪਾਂ ਮੈਲਟ ਕਰ ਦੇਣਾ ਗਾ। ਅਤੇ ਹੁਣ ਇਹ ਸੈੱਟ ਹੋ ਗਈ, ਬਿਲਕੁਲ ਸਮੂਥ ਹੋ ਗਈ। ਅਤੇ ਹੁਣ ਆਪਾਂ ਇਹਨੂੰ ਫਰਿੱਜ ਦੇ ਵਿੱਚ ਰੱਖ ਦਿਆਂਗੇ 15-20 ਮਿੰਟ ਨਾ ਤੁਸੀਂ ਇਹਨੂੰ ਫਰਿੱਜ ਦੇ ਵਿੱਚ ਰੱਖ ਸਕਦੇ ਹੋ। ਅਤੇ ਜੇ ਤੁਹਾਨੂੰ ਕਾਲੀ ਹੋਈ ਤਾਂ ਤੁਸੀਂ 5-7 ਮਿੰਟ ਇਹਨੂੰ ਜਿੱਥੇ ਆਪਾਂ ਬਰਫ਼ ਜੰਮਣ ਵਾਸਤੇ ਰੱਖਦੇ ਹਾਂ ਨਾ ਉੱਥੇ ਰੱਖ ਸਕਦੇ ਹੋ ਜੀ। ਹੁਣ ਆਪਾਂ ਇਹਨੂੰ ਫਰਿੱਜ ਦੇ ਵਿੱਚ ਜਿਹੜਾ ਰੱਖ ਦਿੰਦੇ ਹਾਂ ਸੈੱਟ ਹੋਣ ਵਾਸਤੇ। ਤਾਂ ਚੁੱਲ੍ਹੇ 'ਤੇ ਜੀ ਸਭ ਤੋਂ ਪਹਿਲਾਂ ਨਾ ਆਪਾਂ ਰੱਖਾਂਗੇ ਕੜਾਹੀ, ਇਸ ਤਰੀਕੇ ਦੀ ਭਾਰੀ ਤਲੇ ਦੀ ਕੋਈ ਕੜਾਹੀ ਰੱਖ ਦਿਓ ਜਾਂ ਕੋਈ ਪੁਰਾਣੀ ਕੜਾਹੀ ਘਰੋਂ ਵਰਤ ਲਿਓ। ਹਲਕਾ ਜਿਹਾ ਕੜਾਹੀ ਨੂੰ ਪਹਿਲਾਂ ਆਪਾਂ ਗਰਮ ਕਰ ਲਾਂਗੇ, ਫਿਰ ਆਪਾਂ ਇਹਦੇ ਵਿੱਚ ਨਮਕ ਪਾਉਣੇ ਆ। ਅਤੇ ਹੁਣ ਜੀ ਕੜਾਹੀ ਦੇ ਵਿੱਚ ਆਪਾਂ ਪਾਵਾਂਗੇ ਨਮਕ, ਇਹ ਚੰਗੇ ਤਰੀਕੇ ਨਾਲ ਇਹਨੂੰ ਇਹਦੇ ਵਿੱਚ ਫੈਲਾ ਦਿਆਂਗੇ ਵਧੀਆ। ਇਹ ਨਾ 2-3 ਵਾਰੀ ਮੈਂ ਬੇਕਿੰਗ ਦੇ ਲਈ ਵਰਤਿਆ, ਅਤੇ ਤੁਸੀਂ ਨਾ ਜਦੋਂ ਬੇਕਿੰਗ ਕਰਦੇ ਹੋ ਤਾਂ ਨਮਕ ਨੂੰ ਸਾਂਭ ਕੇ ਰੱਖ ਲਿਆ ਕਰੋ, ਜਦੋਂ ਨੈਕਸਟ ਟਾਈਮ ਬੇਕਿੰਗ ਕਰਦੇ ਹੋ ਤਾਂ ਉਦੋਂ ਯੂਜ਼ ਕਰ ਲਿਆ ਕਰੋ। ਹੁਣ ਇਸ ਤਰੀਕੇ ਦਾ ਸਟੈਂਡ ਆਪਾਂ ਨੂੰ ਮਾਰਕੀਟ 'ਚੋਂ ਮਿਲ ਜਾਂਦਾ, ਜੇ ਸਟੈਂਡ ਨਾ ਹੋਇਆ ਕੋਈ ਵੀ ਪਲੇਟ ਜਾਂ ਕੌਲੀ ਮੂਧੀ ਮਾਰ ਕੇ ਰੱਖ ਦਿਓ। ਅਤੇ ਇਹਨੂੰ ਆਪਾਂ ਢੱਕ ਦਿਆਂਗੇ ਜੀ ਥਾਲ ਨਾਲ, ਅਤੇ ਫੁੱਲ ਫਲੇਮ 'ਤੇ ਜਿਹੜਾ 15 ਤੋਂ 10 ਜਾਂ 15 ਮਿੰਟ ਇੰਨਾ ਕੁ ਟਾਈਮ ਆਪਾਂ ਇਹਨੂੰ ਜਿਹੜਾ ਪ੍ਰੀ ਹੀਟ ਕਰਾਂਗੇ, ਉਦੋਂ ਤੱਕ ਆਪਾਂ ਜਿਹੜੇ ਬਿਸਕਿਟ ਜਾਣ ਕੇ ਕੁਕੀਜ਼ ਬਣਾ ਰਹੇ ਹਾਂ ਉਹਦਾ ਪਾਟਾ ਤਿਆਰ ਕਰ ਲੈਂਦੇ ਹਾਂ। ਅਤੇ ਸਭ ਤੋਂ ਪਹਿਲਾਂ ਜੀ ਇੱਕ ਖੁੱਲ੍ਹਾ ਡਾਊਂਗਾ ਆਪਾਂ ਇਸ ਤਰੀਕੇ ਦਾ ਰੱਖਾਂਗੇ, ਇਹਦੇ ਵਿੱਚ ਆਪਾਂ ਪਾਵਾਂਗੇ ਦੇਸੀ ਘਿਓ। ਇਹ ਨਾ ਘਿਓ ਠੰਡਾ ਹੋਣਾ ਚਾਹੀਦਾ, ਮੈਲਟ ਕਰਕੇ ਮੈਂ ਘਿਓ ਨੂੰ ਗਰਮ ਕਰਕੇ ਫਰਿੱਜ 'ਚ ਰੱਖਤਾ ਸੀ, ਜ਼ਿਆਦਾ ਸਖਤ ਨਹੀਂ ਹੋਣਾ ਚਾਹੀਦਾ। ਜੇ ਜ਼ਿਆਦਾ ਸਖਤ ਹੋ ਗਿਆ ਫਰਿੱਜ 'ਚ ਫਿਰ ਹੁਣ ਗਰਮੀ ਬਹੁਤ ਜ਼ਿਆਦਾ, ਤੁਸੀਂ ਥੋੜ੍ਹਾ ਜਿਹਾ ਫਰਿੱਜ 'ਚੋਂ ਬਾਹਰ ਕੱਢ ਕੇ ਰੱਖ ਦਿਓ। ਅਤੇ ਹੁਣ ਜੀ ਵਿਸਕਰ ਨਾਲ ਜਾਂ ਚਮਚ ਨਾਲ ਨਾ ਘਿਓ ਨੂੰ ਹਲਕਾ ਜਿਹਾ ਆਪਾਂ ਵਿਸਕ ਕਰਾਂਗੇ ਜਦੋਂ ਤੱਕ ਇਹਦੀ ਕਰੀਮ ਨਹੀਂ ਬਣ ਜਾਂਦੀ, ਬਸ ਘਿਓ ਆ ਜਿਹੜਾ ਉਹ ਠੰਡਾ ਹੋਣਾ ਚਾਹੀਦਾ। ਅਤੇ ਘਿਓ ਜੀ ਆਪਾਂ ਪਹਿਲਾਂ ਹੀ ਠੰਡਾ ਕਰ ਲਿਆ ਸੀ ਫਰਿੱਜ 'ਚ, ਪਰ ਗਰਮੀ ਬਹੁਤ ਜ਼ਿਆਦਾ ਇਸ ਕਰਕੇ ਨਾ ਮੈਂ ਥੱਲੇ ਜਿਹੜਾ ਬਰਫ਼ ਵਾਲਾ ਡੋਂਗਾ ਰੱਖ ਲਿਆ, ਅਤੇ ਫਿਰ ਇਹਨੂੰ ਇਸ ਤਰੀਕੇ ਨਾਲ ਮਿਕਸ ਕਰ ਰਹੀ ਹਾਂ। ਦੇਖੋ ਘਿਓ ਦਾ ਕਲਰ ਨਾ ਥੋੜ੍ਹਾ ਜਿਹਾ ਡਾਰਕ ਸੀਗਾ, ਅਤੇ ਜਿਹੜਾ ਕਲਰ ਹੈ ਨਾ ਘਿਓ ਦਾ ਉਹ ਲਾਈਟ ਹੋ ਜੂਗਾ। ਅਤੇ ਇਸ ਤਰੀਕੇ ਨਾਲ ਜੀ ਬਿਲਕੁਲ ਨਾ ਇਹ ਲਾਈਟ ਵੇਟ ਹੋ ਗਿਆ ਦੇਖੋ। ਅਤੇ ਹੁਣ ਇਹਦੇ ਵਿੱਚ ਆਪਾਂ ਖੰਡ ਐਡ ਕਰਾਂਗੇ, ਇਹ ਅੱਧੀ ਕੌਲੀ ਖੰਡ ਦੀ ਹੈ ਅਤੇ ਅੱਧੀ ਕੌਲੀ ਆਪਾਂ ਘਿਓ ਦੀ ਵਰਤੀ ਸੀ, ਪੀਸੀ ਹੋਈ ਖੰਡ ਹੈ ਜਿਹੜੀ ਆਪਾਂ ਨੋਰਮਲ ਦਾਣੇਦਾਰ ਖੰਡ ਘਰੇ ਵਰਤਦੇ ਹਾਂ ਨਾ ਉਹੀ ਖੰਡ ਹੈਗੀ। ਅਤੇ ਬਸ ਇਹਨੂੰ ਮੈਂ ਨਾ ਥੋੜ੍ਹਾ ਜਿਹਾ ਮਿਕਸ ਕਰ ਲਿਆ ਸੀ ਮਿਕਸੀ ਦੇ ਵਿੱਚ, ਖੰਡ ਨੂੰ ਵੀ ਆਪਾਂ ਘਿਓ ਦੇ ਨਾਲ ਜਿਹੜਾ ਮਿਕਸ ਕਰ ਲਾਂਗੇ, ਹਲਕਾ ਜਿਹਾ ਕਰੀਮ ਦੀ ਤਰ੍ਹਾਂ ਇਹ ਬਣ ਜੂ ਫਿਰ ਤੋਂ ਦੁਬਾਰਾ ਤੋਂ। ਅਤੇ 2 ਕੁ ਮਿੰਟ ਹੀ ਆਪਾਂ ਇਹਨੂੰ ਮਿਕਸ ਕਰਨਾ, 2 ਮਿੰਟਾਂ ਤੋਂ ਵੀ ਘੱਟ ਸਮਾਂ ਹੀ ਲੱਗੂਗਾ, ਜ਼ਿਆਦਾ ਟਾਈਮ ਨਹੀਂ ਲੱਗਣਾ। ਅਤੇ ਹੱਥਾਂ ਨੂੰ ਤੇਜ਼ ਤੇਜ਼ ਘੁਮਾਉਂਦੇ ਹੋਏ ਜੀ ਇਸ ਤਰੀਕੇ ਨਾਲ ਆਪਾਂ ਇਹਨੂੰ ਮਿਕਸ ਕਰ ਲਿਆ, ਬਿਲਕੁਲ ਇਹ ਹਲਕੀ ਬਣ ਗਈ ਹੈ, ਕਰੀਮ ਦੀ ਤਰ੍ਹਾਂ ਬਣ ਗਈ ਆ। ਹੁਣ ਆਪਾਂ ਇੱਕ ਲਵਾਂਗੇ ਛਾਲਨੀ। ਅਤੇ ਹੁਣ ਜੀ ਇੱਥੇ 1 ਕੌਲੀ ਆਪਣੇ ਕੋਲ ਹੈਗੀ ਹੈ ਮੈਦੇ ਦੀ, ਅੱਧੀ ਕੌਲੀ ਆਪਾਂ ਖੰਡ ਦੀ ਅਤੇ ਅੱਧੀ ਕੌਲੀ ਆਪਾਂ ਘਿਓ ਦੀ ਵਰਤੀ, ਉਹਦੇ ਵਿੱਚ 1 ਕੌਲੀ ਮੈਦੇ ਦੀ ਜਾਊਗੀ। ਅਤੇ ਛਾਣ ਕੇ ਐਡ ਕਰਾਂਗੇ ਆਪਾਂ ਮੈਦਾ, ਦੇਖੋ ਇਸ ਤਰੀਕੇ ਨਾਲ, ਇਹ ਜ਼ਰੂਰ ਛਾਣ ਕੇ ਐਡ ਕਰਨਾ ਤੁਸੀਂ, ਫਿਰ ਹੀ ਆਪਣੀ ਜਿਹੜੀ ਕੁਕੀਜ਼ ਹੈ ਨਾ ਉਹ ਵਧੀਆ ਫੁੱਲ ਕੇ ਤਿਆਰ ਹੋਣਗੀਆਂ। ਅਤੇ ਹੁਣ ਜੀ ਮੇਰੇ ਕੋਲ ਹੈਗਾ ਇਹ ਮਿੱਠਾ ਸੋਡਾ ਯਾਨੀ ਕਿ ਬੇਕਿੰਗ ਸੋਡਾ, ਅਤੇ ਇਹ ਹੈਗਾ ਬੇਕਿੰਗ ਪਾਊਡਰ। ਬੇਕਿੰਗ ਪਾਊਡਰ ਥੋੜ੍ਹਾ ਜਿਹਾ ਵੱਧ ਲੈਣਾ ਆਪਾਂ, ਇਹ 1 ਚੁਟਕੀ ਲੈਣਾ ਜਿਹੜਾ ਮਿੱਠਾ ਸੋਡਾ ਹੁੰਦਾ ਨੋਰਮਲ ਆਪਣੇ ਘਰ ਹੀ ਹੁੰਦਾ। ਇਹਨਾਂ ਦੋਨਾਂ ਨੂੰ ਵੀ ਆਪਾਂ ਛਾਣ ਕੇ ਐਡ ਕਰਾਂਗੇ ਇਸ ਤਰੀਕੇ ਨਾਲ। ਅਤੇ 1/2 ਚਮਚ ਆਪਾਂ ਪਾਵਾਂਗੇ ਜੀ ਕੋਕੋ ਪਾਊਡਰ ਦਾ, ਇਹ ਵੀ ਆਸਾਨੀ ਨਾਲ ਤੁਹਾਨੂੰ ਮਾਰਕੀਟ 'ਚੋਂ ਮਿਲ ਜਾਂਦਾ ਗਾ। ਬਾਕੀ ਆਪਾਂ ਜਿਹੜੇ ਚੋਕਲੇਟ ਵਾਲੇ ਕੁਕੀਜ਼ ਬਣਾ ਰਹੇ ਹਾਂ ਇਹ ਜ਼ਰੂਰ ਐਡ ਹੋਊਗਾ, ਇਹਨੂੰ ਵੀ ਆਪਾਂ ਛਾਣ ਕੇ ਐਡ ਕਰਾਂਗੇ। ਦੇਖੋ ਇਹਦੇ ਵਿੱਚ ਡਲੀਆਂ ਨਾ, ਇਸ ਕਰਕੇ ਇਹਨੂੰ ਛਾਣਨਾ ਬਹੁਤ ਜ਼ਰੂਰੀ ਹੈ। ਅਤੇ ਬਿਲਕੁਲ ਥੋੜ੍ਹਾ ਜਿਹਾ ਮੈਂ ਇਹਦੇ ਵਿੱਚ ਪਾਉਂਗੀ ਜੀ ਵਨੀਲਾ ਐਸੈਂਸ, ਇਹਦੇ ਨਾਲ ਖੁਸ਼ਬੂ ਫਲੇਵਰ ਦੋਨੋਂ ਹੀ ਵਧੀਆ ਆਉਣਗੇ। ਅਤੇ ਹੁਣ ਆਪਾਂ ਇਹਨੂੰ ਗੁੰਨਣਾ ਨਹੀਂ ਆਟੇ ਨੂੰ, ਆਪਾਂ ਨਾ ਹੱਥਾਂ ਨਾਲ ਹੀ ਮਿਕਸ ਕਰਨਾ, ਜਿਵੇਂ ਆਪਾਂ ਰੋਟੀਆਂ ਬਣਾਉਣ ਦੇ ਲਈ ਗੁੰਨਦੇ ਹਾਂ ਆਟਾ ਉਵੇਂ ਨਹੀਂ ਗੁੰਨਣਾ।
ਤੇ ਇਸ ਤਰ੍ਹਾਂ ਜੀ ਮਿਕਸ ਕਰਨਾ ਆਪਾਂ ਹਲਕੇ ਹੱਥਾਂ ਨਾਲ। ਦੇਖੋ ਮਿਕਸ ਕਰ ਲਿਆ ਇਹਨੂੰ ਤੇ ਬਿਲਕੁਲ ਨਾ ਇਹ ਸਿਲਕੀ ਸਮੂਥ ਆਟਾ ਆਪਣਾ ਤਿਆਰ ਹੋਊਗਾ। ਉਹ ਇਸ ਕਰਕੇ ਵੀ ਆਪਾਂ ਇਹਨੂੰ ਸਹੀ ਤਰੀਕੇ ਨਾਲ ਜਿਵੇਂ ਕੁਕੀਜ਼ ਬਣਾਉਣੇ ਨਾ ਉਵੇਂ ਤਿਆਰ ਕੀਤਾ ਕਰੀਮ ਬਣਾ ਕੇ। ਹੁਣ ਥੋੜ੍ਹਾ ਥੋੜ੍ਹਾ ਕਰਕੇ ਜਿੰਨੀ ਕੁ ਜ਼ਰੂਰਤ ਹੋਈ ਨਾ ਉਨਾ ਕੱਪ ਇਹਦੇ ਵਿੱਚ ਦੁੱਧ ਹੈ ਜਿਹੜਾ ਉਹ ਐਡ ਕਰਾਂਗੇ ਤੇ ਇਹਨੂੰ ਮਿਕਸ ਕਰਦੇ ਜਾਵਾਂਗੇ। ਤੇ ਇਸ ਤਰੀਕੇ ਨਾਲ ਜੀ ਆਟੇ ਨੂੰ ਨਾ ਆਪਾਂ ਇਕੱਠਾ ਕਰ ਲੈਣਾ ਗਾ। ਇੰਨਾ ਕੁ ਨਰਮ ਅਤੇ ਇੰਨਾ ਕੁ ਸਖ਼ਤ ਦੇਖੋ ਆਪਾਂ ਰੱਖਣਾ ਇਹ ਕੁਕੀਜ਼ ਵਾਸਤੇ ਆਟਾ। ਅਤੇ ਦੁੱਧ ਬਿਲਕੁਲ ਹੀ 2-2.5 ਚਮਚ ਲੱਗਿਆ, ਇਹਦੇ ਵਿੱਚ ਜ਼ਿਆਦਾ ਨਹੀਂ ਲੱਗਿਆ। ਅਤੇ ਇਸ ਤਰ੍ਹਾਂ ਜੀ ਬਟਰ ਪੇਪਰ ਮੈਂ ਪਹਿਲਾਂ ਹੀ ਤਿਆਰ ਕਰਕੇ ਰੱਖ ਲਿਆ। ਬਟਰ ਪੇਪਰ ਤੁਸੀਂ ਘਰੇ ਤਿਆਰ ਕਰ ਸਕਦੇ ਹੋ, ਇਹ ਤੁਸੀਂ ਬਣਾਉਣਾ ਸਿੱਖ ਸਕਦੇ ਹੋ ਮੇਰੇ ਕਰੀਮ ਰੋਲ ਵਾਲੀ ਵੀਡੀਓ 'ਚ, ਮੈਂ ਉਹਦਾ ਲਿੰਕ ਹੈ ਜਿਹੜਾ ਡਿਸਕ੍ਰਿਪਸ਼ਨ 'ਚ ਦੇ ਦੂੰਗੀ। ਹੁਣ ਜੀ ਕੁਕੀਜ਼ ਬਣਾਉਣੇ ਆਪਾਂ ਸਟਾਰਟ ਕਰਦੇ ਹਾਂ। ਜਿੰਨੇ ਜਿੰਨੇ ਵੱਡੇ ਤੁਸੀਂ ਕੁਕੀਜ਼ ਬਣਾਉਣੇ ਨੇ, ਜਿੰਨੇ ਕੁ ਸਾਈਜ਼ ਦੇ ਉਨਾ ਕੁ ਤੁਸੀਂ ਕਰ ਲਿਓ ਇਹਦਾ ਪੇੜਾ ਇਸ ਤਰੀਕੇ ਨਾਲ ਪਹਿਲਾਂ। ਅਤੇ ਹਲਕਾ ਜਿਹਾ ਆਪਾਂ ਇਹਨੂੰ ਕਰਾਂਗੇ ਫਲੈਟ ਇਸ ਤਰੀਕੇ ਨਾਲ। ਅਤੇ ਕਿਨਾਰੀਆਂ ਤੋਂ ਨਾ ਆਪਾਂ ਇਹਨੂੰ ਪਤਲਾ ਕਰਾਂਗੇ ਕਿਉਂਕਿ ਆਪਾਂ ਇਹਦੇ ਵਿੱਚ ਫਿਲਿੰਗ ਭਰਾਂਗੇ ਚੋਕਲੇਟ ਦੀ, ਅਤੇ ਇਹਨੂੰ ਵਧਾ ਲਾਂਗੇ ਥੋੜ੍ਹਾ ਜਿਹਾ ਇਸ ਤਰੀਕੇ ਨਾਲ। ਅਤੇ ਇੱਥੇ ਜੀ ਆਪਣੀ ਚੋਕਲੇਟ ਵੀ ਹੈ ਜਿਹੜੀ ਇਸ ਤਰੀਕੇ ਨਾਲ ਫਰਿੱਜ 'ਚ ਜਿਹੜੀ ਸੈੱਟ ਹੋ ਗਈ ਵਧੀਆ। ਅਤੇ ਇਹਦੀ ਨਾ ਛੋਟੀ ਜਿਹੀ ਆਪਾਂ ਬਾਲ ਬਣਾਵਾਂਗੇ ਜਿਹੜੀ ਆਪਾਂ ਫਿਲਿੰਗ ਭਰਨੀ ਹੈ ਕੁਕੀਜ਼ ਦੇ ਵਿੱਚ। ਗਰਮੀ ਬਹੁਤ ਹੈ, ਮੈਲਟ ਹੋਣ ਲੱਗ ਜਾਂਦੀ ਹੈ, ਇਸ ਕਰਕੇ ਨਾ ਤੁਸੀਂ ਇਹਨੂੰ ਠੰਡੀ ਜਗ੍ਹਾ 'ਤੇ ਜਾਂ ਬਰਫ਼ ਵਾਲੇ ਡੋਂਗੇ ਦੇ ਵਿੱਚ ਹੀ ਰੱਖੀ ਰੱਖਿਓ ਚੋਕਲੇਟ ਨੂੰ। ਜਿਹੜੀ ਆਪਣੀ ਕੁਕੀ ਹੈ ਉਹ ਇਸ ਤਰੀਕੇ ਨਾਲ ਆਪਾਂ ਤਿਆਰ ਕਰ ਲਈ, ਫਲੈਟ ਕਰ ਲਈ। ਇਹਦੇ ਵਿੱਚ ਆਪਾਂ ਫਿਲਿੰਗ ਰੱਖਾਂਗੇ, ਜਿਵੇਂ ਆਪਾਂ ਆਲੂ ਦਾ ਪਰੌਂਠਾ ਬਣਾਉਣੇ ਹੁੰਦੇ ਨਾ ਸਟਫਿੰਗ ਭਰ ਕੇ, ਸੇਮ ਉਸੇ ਤਰੀਕੇ ਨਾਲ ਬਸ ਇਹਨੂੰ ਲੋਕ ਲਾ ਦੇਣਾ, ਬੰਦ ਕਰ ਦੇਣਾ ਗਾ ਵੀ ਕਿਤੋਂ ਵੀ ਚੋਕਲੇਟ ਬਾਹਰ ਨਾ ਨਿਕਲੇ। ਅਤੇ ਫਿਰ ਇਹਨੂੰ ਦੁਬਾਰਾ ਤੋਂ ਫਲੈਟ ਕਰ ਦਿਆਂਗੇ ਇਸ ਤਰੀਕੇ ਨਾਲ। ਮੇਰੇ ਹੱਥਾਂ 'ਤੇ ਚੋਕਲੇਟ ਲੱਗੀ ਹੈ ਅਤੇ ਕੁਕੀ 'ਤੇ ਵੀ ਚੋਕਲੇਟ ਲੱਗ ਜੂਗੀ ਜ਼ਿਆਦੇ। ਬਸ ਹਲਕਾ ਜਿਹਾ ਇਹਨੂੰ ਆਪਾਂ ਪੇੜੇ ਦੀ ਤਰ੍ਹਾਂ ਬਣਾ ਕੇ ਅਤੇ ਬਿਲਕੁਲ ਹਲਕਾ ਜਿਹਾ ਫਲੈਟ ਕਰਾਂਗੇ, ਜ਼ਿਆਦਾ ਆਪਾਂ ਇਹਨੂੰ ਫਲੈਟ ਨਹੀਂ ਕਰਨਾ, ਫਿਰ ਜਿਹੜੀ ਚੋਕਲੇਟ ਹੈ ਨਾ ਉਹ ਜ਼ਿਆਦਾ ਮੈਲਟ ਹੋਣ ਲੱਗ ਜੂਗੀ। ਅਤੇ ਸੇਮ ਇਸੇ ਤਰੀਕੇ ਨਾਲ ਬਣਾ ਬਣਾ ਕੇ ਜਿਹੜਾ ਆਪਾਂ ਇਹਦੇ ਉੱਪਰ ਰੱਖੀ ਚੱਲਾਂਗੇ ਜਿਹੜਾ ਆਪਾਂ ਬਟਰ ਵੇਪਰ ਤਿਆਰ ਕੀਤਾ ਸਾਰੇ। ਇਸ ਤਰੀਕੇ ਨਾਲ ਜੀ ਫਿਲਿੰਗ ਭਰ ਕੇ ਆਪਾਂ ਸਾਰੇ ਕੁਕੀਜ਼ ਆ ਜਿਹੜੇ ਤਿਆਰ ਕਰ ਲਏ, ਹੁਣ ਆਪਾਂ ਇਹਨਾਂ ਨੂੰ ਬੇਕ ਹੋਣ ਵਾਸਤੇ ਰੱਖ ਦਿੰਦੇ ਹਾਂ। ਅਤੇ ਕੜਾਹੀ ਹੈ ਜਿਹੜੀ ਪ੍ਰੀ ਹੀਟ ਹੋ ਗਈ ਹੈ ਜੀ, ਹੁਣ ਆਪਾਂ ਪਲੇਟ ਇਹਦੇ ਵਿੱਚ ਇਸ ਤਰੀਕੇ ਨਾਲ ਰੱਖ ਦਿਆਂਗੇ ਅਤੇ ਉੱਪਰੋਂ ਹੈ ਜਿਹੜੇ ਨੂੰ ਥਾਲ ਨਾਲ ਢੱਕ ਕੇ 40-45 ਮਿੰਟ ਬਿਲਕੁਲ ਸਲੋ ਜੀ ਫਲੇਮ 'ਤੇ ਆਪਾਂ ਪਕਾਵਾਂਗੇ। ਅਤੇ ਕੁਕੀਜ਼ ਆਪਣੇ ਬਿਲਕੁਲ ਤਿਆਰ ਹੋ ਗਏ ਹੋਣਗੇ ਜੀ, ਆਪਾਂ ਦੇਖ ਲੈਂਦੇ ਹਾਂ। ਖੁਸ਼ਬੂ ਬਹੁਤ ਸੋਹਣੀ ਆ ਰਹੀ ਹੈ, ਇੱਕ ਤਾਂ ਆਪਾਂ ਇਹਦੇ ਵਿੱਚ ਦੇਸੀ ਘਿਓ ਵਰਤਿਆ ਸੀ ਅਤੇ ਦੇਸੀ ਘਿਓ ਦੀ ਤਾਂ ਅਲੱਗ ਹੀ ਖੁਸ਼ਬੂ ਆਉਂਦੀ ਹੁੰਦੀ ਹੈ। ਦੇਖੋ ਕਿੰਨੇ ਵਧੀਆ ਇਹ ਬੇਕ ਹੋ ਗਏ ਆ ਜੀ ਚੰਗੇ ਤਰੀਕੇ ਨਾਲ, ਅਤੇ ਬਿਲਕੁਲ ਵਧੀਆ ਪੱਕ ਗਿਆ। ਹੁਣ ਆਪਾਂ ਕੜਾਹੀ ਨੂੰ ਜਿਹੜਾ ਥੱਲੇ ਉਤਾਰ ਲੈਂਦੇ ਹਾਂ ਅਤੇ ਪਲੇਟ ਜਦੋਂ ਥੋੜ੍ਹੀ ਜਿਹੀ ਠੰਡੀ ਹੋ ਗਈ ਨਾ ਉਦੋਂ ਆਪਾਂ ਪਲੇਟ ਨੂੰ ਕੱਢਾਂਗੇ ਕਿਉਂਕਿ ਗਰਮ ਬਹੁਤ ਹੈ ਪਲੇਟ। ਅਤੇ ਕੁਕੀਜ਼ ਦੇਖੋ ਜੀ ਇਸ ਤਰੀਕੇ ਨਾਲ ਬਣ ਕੇ ਤਿਆਰ ਹੋ ਗਏ ਆ, ਇਹ ਬਿਲਕੁਲ ਨੀਚੇ ਨਹੀਂ ਚਿਪਕੇ ਦੇਖੋ। ਅਤੇ ਜੇ ਤੁਸੀਂ ਇਕੱਲੀ ਪਲੇਟ ਗਰੀਸ ਕਰਕੇ ਵੀ ਬਿਨਾਂ ਬਟਰ ਪੇਪਰ ਤੋਂ ਬਣਾਓਗੇ ਫਿਰ ਵੀ ਵਧੀਆ ਬਣਨਗੇ। ਅਤੇ ਕੁਕੀਜ਼ ਨੂੰ ਆਪਾਂ ਸਰਵ ਕਰ ਲੈਂਦੇ ਹਾਂ ਜੀ ਇੱਕ ਪਲੇਟ ਦੇ ਵਿੱਚ। ਘਰ ਦੇ ਵਿੱਚ ਆਪਾਂ ਤਿਆਰ ਕਰਾਂਗੇ, ਬੱਚਿਆਂ ਨੂੰ ਤਿਆਰ ਕਰਕੇ ਦੇਵਾਂਗੇ ਨਾ ਆਪਣੇ ਹੱਥਾਂ ਨਾਲ, ਅਤੇ ਘਰ ਦੇ ਸਮਾਨ ਨਾਲ ਹੀ ਸਾਫ਼ ਸੁਥਰੇ ਨਾ ਬਹੁਤ ਵਧੀਆ ਰੈਸਪੀ ਬਣ ਕੇ ਤਿਆਰ ਹੁੰਦੀ ਹੈ। ਅਤੇ ਇਸ ਤਰ੍ਹਾਂ ਜੀ ਪਲੇਟ ਦੇ ਵਿੱਚ ਆਪਾਂ ਸਰਵ ਕਰ ਲਿਆ, ਇਹਨੂੰ ਤੁਸੀਂ ਥੋੜ੍ਹਾ ਜਿਹਾ ਹੋਰ ਠੰਡਾ ਕਰਕੇ ਅਤੇ ਏਅਰ ਟਾਈਟ ਡੱਬੇ ਦੇ ਵਿੱਚ ਪਾ ਕੇ ਨਾ ਰੱਖ ਸਕਦੇ ਹੋ। 1 ਮਹੀਨਾ ਇਹ ਬਿਲਕੁਲ ਖਰਾਬ ਨਹੀਂ ਹੁੰਦੇ ਇਸ ਤਰੀਕੇ ਨਾਲ ਰੱਖ ਸਕਦੇ ਹੋ ਤੁਸੀਂ। ਬਾਕੀ ਜੇ ਤੁਸੀਂ ਚਾਹੋ ਤਾਂ ਜਿਵੇਂ ਹੁਣ ਗਰਮੀ ਹੈ ਤੁਸੀਂ ਇਹਨੂੰ ਫਰਿੱਜ ਦੇ ਵਿੱਚ ਵੀ ਰੱਖ ਸਕਦੇ ਹੋ ਕਿਉਂਕਿ ਜਿਹੜੀ ਚੋਕਲੇਟ ਹੈ ਨਾ ਉਹ ਗਰਮੀ ਨਾਲ ਮੈਲਟ ਹੋਣ ਲੱਗ ਜਾਂਦੀ ਹੈ। ਅਤੇ ਦੇਖੋ ਜੀ ਇੱਕ ਕੁਕੀ ਮੈਂ ਤੁਹਾਨੂੰ ਤੋੜ ਕੇ ਵੀ ਦਿਖਾਉਣੀ ਹੈ ਵੀ ਕਿੰਨੀ ਵਧੀਆ ਇਹਦੇ ਵਿੱਚ ਚੋਕਲੇਟ ਦੀ ਫਿਲਿੰਗ ਭਰੀ ਗਈ ਆ, ਕਿੰਨੇ ਚੰਗੇ ਤਰੀਕੇ ਨਾਲ ਇਹ ਪੱਕ ਕੇ ਤਿਆਰ ਹੋ ਗਿਆ ਦੇਖੋ। ਅਤੇ ਚੋਕਲੇਟ ਕੁਕੀਜ਼ ਬਣ ਕੇ ਬਿਲਕੁਲ ਹੋ ਗਏ ਜੀ ਤਿਆਰ, ਬਹੁਤ ਸੋਹਣੀ ਇਹਨਾਂ ਦੀ ਖੁਸ਼ਬੂ ਆ ਰਹੀ ਹੈ, ਟੇਸਟ ਬਹੁਤ ਵਧੀਆ ਆਉਂਦਾ। ਤੁਸੀਂ ਜ਼ਰੂਰ ਇਸ ਰੈਸਪੀ ਨੂੰ ਘਰੇ ਟਰਾਈ ਕਰਿਓ ਜੀ, ਸਭ ਨੂੰ ਪਸੰਦ ਆਊਗੀ ਵੀਡੀਓ। ਜੇਕਰ ਵਧੀਆ ਲੱਗੀ ਜੀ ਲਾਈਕ ਜ਼ਰੂਰ ਕਰਿਓ, ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ। ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ, ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।